ਜੇ ਇਸ ਤਰ੍ਹਾਂ ਦੇ ਇਨਕਾਊਂਟਰ ਹੁੰਦੇ ਰਹਿਣ ਤਾਂ ਤਕਰੀਬਨ ਜਿਹੜੇ ਇਸ ਤਰ੍ਹਾਂ ਦੀਆਂ ਘਟਨਾ ਨਾ ਹੋਣ, ਉਹਨਾਂ ਨੂੰ ਇਸ ਤਰ੍ਹਾਂ ਦਾ ਸਬਕ ਮਿਲਣਾ ਹੀ ਚਾਹੀਦਾ। ਬੇਸ਼ੱਕ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਕਿ ਮਹਿਲਾਵਾਂ ਨੇ ਜਿਹੜੀਆਂ ਰਾਤ ਦੇ ਜਿਹੜੇ ਹੈਗੇ ਦੇਰ ਤੱਕ ਉਹਦੀ ਸੁਵਿਧਾ ਲੈ ਸਕਦੇ ਨੇ ਕਿ ਪੁਲਿਸ ਨੂੰ ਕਾਲ ਕੀਤੀ ਜਾਏਗੀ ਤਾਂ ਉਹ ਪੁਲਿਸ ਜਿਹੜੀ ਹੈਗੀ ਮਹਿਲਾਵਾਂ ਦੀ ਸੁਰੱਖਿਆ ਕਰੇਗੀ। ਪਰ ਲੇਕਿਨ ਕੀ ਤੁਸੀਂ ਮੰਨਦੇ ਨਹੀਂ ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਕਰਤਾ ਇਸ ਚੀਜ਼ ਨੂੰ ਕਿ ਜਿਹੜੇ ਛੋਟੇ ਕਸਬੇ ਨੇ ਉੱਥੇ ਜ਼ਰੂਰਤ ਹੈਗੀ ਹੈ ਕਿਉਂਕਿ ਆਲਰੇਡੀ ਸ਼ਹਿਰਾਂ ਦੇ ਵਿੱਚ ਤਾਂ ਮਹਿਲਾਵਾਂ ਪਹਿਲੀ ਜਾਗਰੂਕ ਨੇ। ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਈ ਦਿਨ ਉਹਨਾਂ ਨੇ ਰੋਕ ਕੇ ਬਾਅਦ ਚੋਂ ਇਨਕਾਊਂਟਰ ਕੀਤਾ। ਕੀ ਮੰਨਦੇ ਵੀ ਕਿ ਜਿਹੜੇ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਗੌਰਮੈਂਟ ਨੂੰ ਕੋਈ ਕਾਨੂੰਨ ਹੀ ਬਣਾ ਦੇਣਾ ਚਾਹੀਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਘਟਨਾ ਨੂੰ ਜਿਹੜਾ ਅੰਜਾਮ ਦਿੰਦਾ ਉਸ ਦੀ ਜਿਹੜੀ ਸਜ਼ਾ ਹੈਗੀ ਹੈ ਜਾਂ ਫਾਂਸੀ ਜਾਂ ਇਨਕਾਊਂਟਰ ਵਗੈਰਾ ਹੀ ਕਰ ਦੇਣਾ ਚਾਹੀਦਾ। ਜਿਵੇਂ ਹੀ ਹੈਦਰਾਬਾਦ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਜਦੋਂ ਰੇਪ ਕੀਤਾ ਗਿਆ, ਚਾਰ ਜਿਹੜੇ ਮੁਲਜ਼ਮ ਸੀਗੇ ਉਸ ਤੋਂ ਬਾਅਦ ਉਹਨਾਂ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ। ਪਰ ਲੇਕਿਨ ਇਨਕਾਊਂਟਰ ਹੋਣ ਦੇ ਕੁਛ ਸਮੇਂ ਬਾਅਦ ਹੀ ਜਿਹੜਾ ਉੱਥੋਂ ਦੀਆਂ ਮਹਿਲਾਵਾਂ ਨੇ ਬੜੀ ਖੁਸ਼ੀ ਮਨਾਈ ਜਦੋਂ ਉੱਥੋਂ ਦੀਆਂ ਜਿਹੜੀਆਂ ਖਬਰਾਂ ਸੀ ਉਹ ਸਾਹਮਣੇ ਆਈਆਂ। ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਖੁਸ਼ੀ ਦਾ ਜਿਹੜਾ ਮਾਹੌਲ ਹੈਗਾ। ਮਹਿਲਾਵਾਂ ਦਾ ਕਹਿਣਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਸ ਦਾ ਅੰਜਾਮ ਜਿਹੜਾ ਹੈਗਾ ਬਿਲਕੁਲ ਇਨਕਾਊਂਟਰ ਦੀ ਤਰ੍ਹਾਂ ਹੀ ਜਿਹੜਾ ਹੋਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚੋਂ ਜਿਹੜੇ ਦੋਸ਼ੀ ਹੁੰਦੇ ਨੇ ਉਹ ਨਿਕਲ ਜਾਂਦੇ ਨੇ। ਪਰ ਲੇਕਿਨ ਇੱਕ ਬਹੁਤ ਵੱਡਾ ਜਿਹੜਾ ਇਹ ਕੰਮ ਕੀਤਾ ਹੈਗਾ ਪੁਲਿਸ ਨੇ ਸਾਡੇ ਨਾਲ ਹੋਸਪਿਟਲ ਦੇ ਕੁਛ ਜਿਹੜੇ ਹੈਗੇ ਨੇ ਮੁਖੀ ਉਹ ਮੌਜੂਦ ਨੇ, ਪ੍ਰਧਾਨ ਜੀ ਨਾਲ ਗੱਲ ਕਰਾਂਗੇ। ਪ੍ਰਧਾਨ ਜੀ ਕੀ ਕਿਸ ਤਰ੍ਹਾਂ ਮੰਨਦੇ ਤੁਸੀਂ, ਕੀ ਦੇਖਦੇ ਤੁਸੀਂ? ਲੜਕੀ ਦੇ ਨਾਲ ਰੇਪ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਸੀ, ਇਹ ਬਹੁਤ ਹੀ ਜ਼ਿਆਦਾ ਮਾੜੀ ਘਟਨਾ ਸੀ। ਪਰ ਜਿਹੜਾ ਪੁਲਿਸ ਨੇ ਹੁਣ ਉਸ ਤੋਂ ਬਾਅਦ ਇਹਦਾ ਇਨਕਾਊਂਟਰ ਕੀਤਾ, ਇਹ ਬਹੁਤ ਹੀ ਵਧੀਆ ਕੀਤਾ। ਜੇ ਇਸ ਤਰ੍ਹਾਂ ਦੇ ਇਨਕਾਊਂਟਰ ਹੁੰਦੇ ਰਹਿਣ ਤਾਂ ਤਕਰੀਬਨ ਜਿਹੜੇ ਇਸ ਤਰ੍ਹਾਂ ਦੀਆਂ ਘਟਨਾ ਨਾ ਹੋਣ, ਉਹਨਾਂ ਨੂੰ ਇਸ ਤਰ੍ਹਾਂ ਦਾ ਸਬਕ ਮਿਲਣਾ ਹੀ ਚਾਹੀਦਾ, ਇਹ ਜ਼ਰੂਰੀ ਸੀ। ਇਹਦੇ ਨਾਲ ਪੂਰੇ ਆਪਣੇ ਇੰਡੀਆ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਜਿਸ ਤਰ੍ਹਾਂ ਕਿ ਖੁਸ਼ੀ ਮਨਾਈ ਜਾ ਰਹੀ ਹੈ, ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਸਵਾਲ ਨੇ ਉਹ ਚੁੱਕੇ ਜਾ ਰਹੇ ਨੇ। ਬੇਸ਼ੱਕ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਕਿ ਮਹਿਲਾਵਾਂ ਨੇ ਜਿਹੜੀਆਂ ਰਾਤ ਦੇ ਜਿਹੜੇ ਹੈਗੇ ਦੇਰ ਤੱਕ ਉਹਦੀ ਸੁਵਿਧਾ ਲੈ ਸਕਦੇ ਨੇ ਕਿ ਪੁਲਿਸ ਨੂੰ ਕਾਲ ਕੀਤੀ ਜਾਏਗੀ ਤਾਂ ਉਹ ਪੁਲਿਸ ਜਿਹੜੀ ਹੈਗੀ ਮਹਿਲਾਵਾਂ ਦੀ ਸੁਰੱਖਿਆ ਕਰੇਗੀ। ਪਰ ਲੇਕਿਨ ਕੀ ਤੁਸੀਂ ਮੰਨਦੇ ਨਹੀਂ ਵੱਡੇ ਸ਼ਹਿਰਾਂ ਦੇ ਵਿੱਚ ਲਾਗੂ ਕਰਤਾ ਇਸ ਚੀਜ਼ ਨੂੰ ਕਿ ਜਿਹੜੇ ਛੋਟੇ ਕਸਬੇ ਨੇ ਉੱਥੇ ਜ਼ਰੂਰਤ ਹੈਗੀ ਹੈ ਕਿਉਂਕਿ ਆਲਰੇਡੀ ਸ਼ਹਿਰਾਂ ਦੇ ਵਿੱਚ ਤਾਂ ਮਹਿਲਾਵਾਂ ਪਹਿਲੀ ਜਾਗਰੂਕ ਨੇ, ਇਹਨਾਂ ਦੀ ਕਿਤੇ ਨਾ ਕਿਤੇ ਤੁਹਾਨੂੰ ਮੰਨਦੇ ਨੇ ਕਿ ਵੀ ਇਸ ਚੀਜ਼ ਦੀ ਜਿਹੜੀ ਜ਼ਰੂਰਤ ਹੈਗੀ ਹੈ? ਹਾਂ, ਇਹ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਇਹ ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਪੜ੍ਹੇ ਲਿਖੇ ਹੁੰਦੇ ਨੇ, ਉੱਥੇ ਫਿਰ ਵੀ ਲੋਕ ਸਮਝਦੇ ਨੇ, ਮਹਿਲਾਵਾਂ ਵੀ ਸਮਝਦੇ ਨੇ ਇਸ ਗੱਲ ਨੂੰ, ਉਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੁੰਦੀਆਂ ਨੇ। ਪਿੰਡਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਇਹ ਪਿੰਡਾਂ ਦੇ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ, ਜਦਕਿ ਸਰਕਾਰ ਨੂੰ ਸ਼ਹਿਰਾਂ ਤੋਂ ਪਹਿਲਾਂ ਇਹ ਗੱਲਾਂ ਪਿੰਡਾਂ ਦੇ ਵਿੱਚ ਕਰਨੀਆਂ ਚਾਹੀਦੀਆਂ ਨੇ ਜੀ। ਸੋ ਬਿਲਕੁਲ, ਸਾਡੇ ਨਾਲ ਗੁਲਾਬ ਸਿੰਘ ਜੀ, ਕੈਪਟਨ ਗੁਲਾਬ ਸਿੰਘ ਰਿਟਾਇਰਡ ਜਿਹੜੇ ਹੈਗੇ ਮੌਜੂਦ ਨੇ ਕਿਉਂਕਿ ਇਹ ਵੀ ਦੇਸ਼ ਦੇ ਲਈ ਜਿਹੜੀ ਹੈਗੀ ਹੈ ਸੇਵਾ ਨਿਭਾ ਕੇ ਆਏ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੈਪਟਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਤੁਸੀਂ? ਜਿਹੜਾ ਇਹ ਘਟਨਾ ਹੈਦਰਾਬਾਦ ਦੇ ਵਿੱਚ ਵਾਪਰੀ ਸੀ, ਇਹਦੇ ਨਾਲ ਜਿਸ ਤਰ੍ਹਾਂ ਪਹਿਲਾਂ ਨਿਰਭਯਾ ਕਾਂਡ ਹੋਇਆ ਸੀ, ਸਾਡੀਆਂ ਭੈਣਾਂ ਮਹਿਲਾਵਾਂ ਦੇ ਮਨਾਂ ਦੇ ਅੰਦਰ ਦੁਬਾਰਾ ਫਿਰ ਤੋਂ ਬਹੁਤ ਵੱਡਾ ਖੌਫ ਸੀ ਜਿਹੜਾ ਪੈਦਾ ਹੋ ਚੁੱਕਿਆ ਸੀ ਕਿ ਮਹਿਲਾਵਾਂ ਦੀ ਸੁਰੱਖਿਆ ਨਾਂ ਦੀ ਹਿੰਦੁਸਤਾਨ ਦੇ ਵਿੱਚ ਕੋਈ ਚੀਜ਼ ਨਹੀਂ ਰਹੀ। ਲੇਕਿਨ ਹਾਲ ਹੀ ਦੇ ਵਿੱਚ ਜਿਹੜਾ ਪੁਲਿਸ ਨੇ ਉਹਨਾਂ ਦਾ ਇਨਕਾਊਂਟਰ ਕਰਕੇ ਉਹਨਾਂ ਨੂੰ ਇਸ ਅੰਜਾਮ ਤੱਕ ਪਹੁੰਚਾਇਆ ਗਿਆ ਜਿਸ ਤਰ੍ਹਾਂ ਦੀ ਉਹਨਾਂ ਨੇ ਹਰਕਤ ਕੀਤੀ ਸੀ, ਕਿਤੇ ਨਾ ਕਿਤੇ ਇਹ ਜ਼ਰੂਰ ਮੈਸੇਜ ਮਹਿਲਾਵਾਂ ਦਾ ਲਈ ਖਾਸ ਕਰਕੇ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਇਨਕਾਊਂਟਰ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਕਿਉਂਕਿ ਜਿਸ ਤਰ੍ਹਾਂ ਕਿ ਬੰਦਾ ਦਾਅ ਪੇਚ ਜਿਹੜੇ ਕਾਨੂੰਨੀ ਦਾਅ ਪੇਚ ਦੇ ਵਿੱਚ ਫਸ ਕੇ ਕਿਤੇ ਨਾ ਕਿਤੇ ਆਪਣਾ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀਗਾ, ਉਹਦਾ ਇੰਜਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਦੁਬਾਰਾ ਮੈਸੇਜ ਜਿਹੜਾ ਖਾਸ ਕਰਕੇ ਮਹਿਲਾਵਾਂ ਦੇ ਵਿੱਚ ਇਹ ਗਿਆ ਕਿ ਅਸੀਂ ਸੁਰੱਖਿਅਤ ਹੈ। ਦੂਸਰੀ ਜਿਹੜੀ ਪੰਜਾਬ ਸਰਕਾਰ ਨੇ ਇਹ ਹੁਣ ਨਵੀਂ ਮੁਹਿੰਮ ਚਲਾਈ ਆ ਕਿ ਅਸੀਂ ਮਹਿਲਾਵਾਂ ਨੂੰ ਸੁਰੱਖਿਅਤ ਕਰਦੇ ਹਾਂ, ਅਗਰ ਕਿਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਮਹਿਲਾਵਾਂ ਦੇ ਨਾਲ ਹੁੰਦਾ ਉਹਦੇ ਨੰਬਰ ਜਿਹੜੇ ਨੇ ਬਕਾਇਦਾ ਦਿੱਤੇ ਗਏ ਨੇ ਕਿ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਮਹਿਲਾਵਾਂ ਨੂੰ ਅਗਰ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਉਸ ਨੰਬਰ ਦੇ ਉੱਤੇ ਡਾਇਲ ਕਰਕੇ ਉਹ ਪੁਲਿਸ ਦੀ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਆ ਉਹਦੀ ਮਦਦ ਲੈ ਸਕਦੇ ਨੇ। ਲੇਕਿਨ ਅਗਰ ਇਹਦੇ ਵਿੱਚ ਕਿਤੇ ਕੁਤਾਹੀ ਵਰਤੀ ਜਾਂਦੀ ਆ ਤਾਂ ਤੁਰੰਤ ਇਹਨਾਂ ਕੋਲ ਦੁਬਾਰਾ
ਪ੍ਰਸ਼ਾਸਨ ਦੇ ਨੰਬਰ ਵੀ ਨੇ, ਉਹਨਾਂ ਉੱਤੇ ਡਾਇਲ ਕਰਕੇ ਉਹ ਆਪਣੀ ਮਦਦ ਲੈ ਸਕਦੇ ਨੇ। ਇਹਦੀ ਜ਼ਰੂਰਤ ਤੁਸੀਂ ਮੰਨਦੇ ਨਹੀਂ ਕਿ ਸ਼ਹਿਰਾਂ ਦੇ ਨਾਲੋਂ ਜਿਹੜੀ ਇਹਦੀ ਜ਼ਿਆਦਾ ਜ਼ਰੂਰਤ ਹੈਗੀ ਹੈ ਕਸ਼ਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜ਼ਿਆਦਾ ਜ਼ਰੂਰਤ ਹੈਗੀ ਹੈ ਮੇਰਾ ਖਿਆਲ? ਜੀ ਬਹੁਤ ਸਹੀ ਕਿਹਾ ਤੁਸੀਂ ਨੇ, ਕਿਉਂਕਿ ਸਾਡੇ ਪਿੰਡ ਲੈਵਲ ਦੇ ਉੱਤੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਆਮ ਘਟਨਾਵਾਂ, ਕੁੜੀਆਂ ਨਾਲ ਛੇੜਛਾੜ ਜਾਂ ਮਹਿਲਾਵਾਂ ਨਾਲ ਛੇੜਛਾੜ, ਆਮ ਬੱਸਾਂ ਦੇ ਵਿੱਚ ਛੇੜਛਾੜ ਜਿਹੜੀ ਆਮ ਦੇਖਣ ਨੂੰ ਮਿਲਦੀ ਆ, ਔਰ ਜ਼ਿਆਦਾਤਰ ਇਹਦੇ ਵਿੱਚ ਪੇਂਡੂ ਖੇਤਰ ਨੂੰ ਜਿਹੜੀ ਆ ਜ਼ਿਆਦਾ ਅਸੀਂ ਦੇਖਣ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਨੇ। ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਦੇ ਵਿੱਚ ਜ਼ਿਆਦਾ ਜ਼ਰੂਰਤ ਆ, ਅਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਅਤੇ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਆ, ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ, ਜਿਹਦੇ ਉੱਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ। ਹੈਦਰਾਬਾਦ ਦੇ ਜਦੋਂ ਵਿੱਚ ਇਨਕਾਊਂਟਰ ਜਿਹੜਾ ਕੀਤਾ ਗਿਆ, ਇਸ ਨੂੰ ਦੇਖ ਕੇ ਜਿਹੜੇ ਹੋਰ ਆਰੋਪੀ ਹੁੰਦੇ ਨੇ, ਹੋਰ ਦੋਸ਼ੀ ਹੁੰਦੇ ਨੇ, ਉਹਨਾਂ 'ਤੇ ਵੀ ਇਸ ਚੀਜ਼ ਦਾ ਇਫੈਕਟ ਪਏਗਾ? ਬਿਲਕੁਲ ਜੀ, ਜਿਸ ਤਰ੍ਹਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਤਰ੍ਹਾਂ ਦੀ ਅਗਰ ਇਨਕਾਊਂਟਰ ਕਰਕੇ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਮ ਬੰਦਾ ਜਿਹੜਾ ਇਸ ਤਰ੍ਹਾਂ ਦੀ ਦੁਬਾਰਾ ਹਰਕਤ ਕਰਨ ਦੀ ਕੋਸ਼ਿਸ਼ ਕਰੂਗਾ, ਉਹਨਾਂ ਮਾੜੇ ਅਨਸਰਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪਊਗਾ। ਹਾਂਜੀ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਹੈਦਰਾਬਾਦ ਦੇ ਵਿੱਚ ਜਿਹੜਾ ਇਨਕਾਊਂਟਰ ਕੀਤਾ ਗਿਆ, ਕਿੰਨੀ ਕੁ ਜਿਹੜੀ ਖੁਸ਼ੀ ਜਿਹੜੀ ਇਸ ਦੇ ਉੱਪਰ ਤੁਸੀਂ ਮਹਿਸੂਸ ਕਰ ਰਹੇ ਹੋ? ਇਹ ਬਹੁਤ ਵਧੀਆ ਕਦਮ ਹੋਇਆ ਜੀ, ਵੈਸੇ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਈ ਦਿਨ ਉਹਨਾਂ ਨੇ ਰੋਕ ਕੇ ਬਾਅਦ 'ਚੋਂ ਇਨਕਾਊਂਟਰ ਕੀਤਾ ਅਤੇ ਇੱਦਾਂ ਦਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ ਤਾਂ ਜੋ ਛੇਤੀ ਜੀ ਲੋਕਾਂ ਨੂੰ ਸਮਝ ਆਵੇ ਅਤੇ ਇਹੋ ਜਿਹਾ ਕੰਮ ਨਾ ਹੋਵੇ। ਕੀ ਮੰਨਦੇ ਵੀ ਜਿਹੜੇ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਗੌਰਮੈਂਟ ਨੂੰ ਕੋਈ ਕਾਨੂੰਨ ਹੀ ਬਣਾ ਦੇਣਾ ਚਾਹੀਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਘਟਨਾ ਨੂੰ ਜਿਹੜਾ ਅੰਜਾਮ ਦਿੰਦਾ ਉਸ ਦੀ ਜਿਹੜੀ ਸਜ਼ਾ ਹੈਗੀ ਹੈ ਜਾਂ ਫਾਂਸੀ ਜਾਂ ਇਨਕਾਊਂਟਰ ਵਗੈਰਾ ਹੀ ਕਰ ਦੇਣਾ ਚਾਹੀਦਾ? ਬਿਲਕੁਲ ਜੀ, ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਇਹੋ ਜਿਹਾ ਕਦਮ ਹੋਵੇ ਹੀ ਨਾ। ਸਾਡੇ ਨਾਲ ਕੁਛ ਮਹਿਲਾਵਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਮੌਜੂਦ ਨੇ, ਡਾਕਟਰ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਹੀ ਹੈ, ਇਹ ਹੋਣਾ ਚਾਹੀਦਾ। ਇਹ ਜਿਹੜਾ ਇਨਕਾਊਂਟਰ ਕੀਤਾ ਪੁਲਿਸ ਨੇ, ਬਹੁਤ ਵਧੀਆ ਗੱਲ। ਹਾਂਜੀ ਬਹੁਤ ਵਧੀਆ ਕੀਤਾ ਤਾਂ ਜੋ ਲੇਡੀਜ਼ ਨੇ ਜੋ ਵੀ ਬਾਹਰ ਚੰਗੀ ਤਰ੍ਹਾਂ ਘੁੰਮ ਫਿਰ ਸਕਣ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਸ਼ਹਿਰਾਂ ਦੇ ਵਿੱਚ ਸੁਰੱਖਿਆ ਲਾਗੂ ਹੋ ਰਹੀ ਹੈ ਲੜਕੀਆਂ ਲਈ, ਲੇਡੀਜ਼ ਲਈ, ਉਹ ਪਿੰਡਾਂ 'ਚ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਿੰਡਾਂ ਦੀਆਂ ਲੜਕੀਆਂ ਅੱਗੇ ਵੱਧ ਸਕਣ, ਦੇਰ ਰਾਤ ਤੱਕ ਜੋ ਕੰਮ ਕਰਦੀਆਂ ਨੇ ਆਪਣਾ ਕੰਮ ਕਰ ਸਕਣ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਜਿਵੇਂ ਹੈਦਰਾਬਾਦ ਦੇ ਵਿੱਚ ਜਿਹੜਾ ਇੱਕ ਮਹਿਲਾਵਾਂ ਡਾਕਟਰ ਦੇ ਨਾਲ ਜਿਹੜਾ ਰੇਪ ਦੀ ਘਟਨਾ ਤੋਂ ਬਾਅਦ ਉਹਨਾਂ ਦੋਸ਼ੀਆਂ ਦਾ ਇਨਕਾਊਂਟਰ ਕਰ ਦਿੱਤਾ, ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੇ ਕਰਦੇ ਨੇ ਅੰਜਾਮ ਦਿੰਦੇ ਨੇ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ? ਹਾਂਜੀ ਹਾਂ, ਜ਼ਰੂਰ ਹੋਣਾ ਚਾਹੀਦਾ। ਇਹ ਕਦਮ ਤਾਂ ਇਹਨਾਂ ਨੂੰ ਸਰਕਾਰ ਨੂੰ ਬਹੁਤ ਪਹਿਲਾਂ ਚੁੱਕ ਲੈਣਾ ਚਾਹੀਦਾ ਸੀ, ਕਿਉਂਕਿ ਆਪਣੇ ਪਹਿਲਾਂ ਵੀ ਹੈਗੀਆਂ ਜੀ ਬਹੁਤ ਘਟਨਾਵਾਂ ਹੋ ਚੁੱਕੀਆਂ ਨੇ ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕੁਛ ਨਹੀਂ ਕੀਤਾ ਤਾਂ ਲੜਕੀਆਂ ਬਿਲਕੁਲ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦੀਆਂ ਸੀ, ਨਾ ਹੀ ਕਿਤੇ ਕੰਮ ਕਰਨ ਜਾਂਦੀਆਂ ਸੀ, ਨਾ ਹੀ ਘਰ ਦੇ ਬਾਹਰ ਤੋਰਦੇ ਸੀ, ਕਿਉਂਕਿ ਬਹੁਤ ਘਟਨਾਵਾਂ ਆਈਆਂ ਜੀ ਹੋ ਚੁੱਕੀਆਂ ਨੇ। ਪਰ ਇਹ ਇਨਕਾਊਂਟਰ ਨੂੰ ਦੇਖ ਕੇ ਹੁਣ ਹੋ ਸਕਦਾ ਵੀ ਲੜਕੀਆਂ ਬਾਹਰ ਜਾ ਸਕਣ, ਆਪਦੇ ਆਪ ਨੂੰ ਸੁਰੱਖਿਅਤ ਸੇਫ ਕਰ ਸਕਣ ਜੀ। ਬਾਕੀ ਤੁਸੀਂ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਨਿਡਰ ਹੋ ਕੇ ਜਿਹੜਾ ਹੈਗਾ ਆਪਣਾ ਕੰਮ ਕਾਰ ਜਿਹੜਾ ਬਾਹਰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ? ਹਾਂਜੀ ਹਾਂ, ਉਹ ਤਾਂ ਹੈ, ਪਰ ਜੇਕਰ ਐਵੇਂ ਹੈ ਨਾ ਸਰਕਾਰ ਵੀ ਕੁਛ ਉਹਨਾਂ ਨੂੰ ਸਹੂਲਤਾਂ ਮਤਲਬ ਕਿ ਦੇਵੇਗੀ ਫਿਰ ਹੀ ਕਰ ਸਕਦੀ ਨੇ, ਇਕੱਲੀ ਲੜਕੀ ਤਾਂ ਦੇਖੋ ਕੁਛ ਨਹੀਂ ਕਰ ਸਕਦੀ, ਕਿੰਨਾ ਕੁ ਚਿਰ ਉਹ ਐਵੇਂ ਦੇਖੋ ਆਪਣੇ ਆਲੇ ਵਾਲੇ ਦੇਖ ਕੇ ਨਾ ਕੁਛ ਵੀ ਇਕੱਲੀ ਨਹੀਂ ਕਰ ਸਕਦੀ ਹੈਗੀ। ਕਿਸ ਤਰ੍ਹਾਂ ਇਸ ਘਟਨਾ ਤੋਂ ਬਾਅਦ ਤੁਸੀਂ ਖੁਸ਼ੀ ਮਹਿਸੂਸ ਕਰ ਰਹੇ ਹੋ ਜਿਹੜੀ ਸਰਕਾਰ ਨੇ ਜਿਹੜੀ ਇਹ ਇਨਕਾਊਂਟਰ ਕੀਤਾ ਹੈਗਾ? ਹਾਂਜੀ ਹਾਂਜੀ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਜੀ। ਸੋ ਬਿਲਕੁਲ ਇਹ ਖੁਸ਼ੀ ਮਹਿਸੂਸ ਕਰ ਰਹੇ ਨੇ ਇਸ ਦੇ ਉੱਪਰ ਕਿ ਜਿਹੜਾ ਇਨਕਾਊਂਟਰ ਕੀਤਾ ਗਿਆ ਹੈਗਾ, ਕਿਉਂਕਿ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਮਹਿਲਾਵਾਂ ਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਨੇ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ, ਪਰ ਲੇਕਿਨ ਪੁਲਿਸ ਵੱਲੋਂ ਜਦੋਂ ਇਨਕਾਊਂਟਰ ਕੀਤਾ ਗਿਆ ਉਸ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਇਸ ਗੱਲ ਦੀ ਜਿਹੜੀ ਖੁਸ਼ੀ ਪਾਈ ਜਾ ਰਹੀ ਹੈ, ਕਿਤੇ ਨਾ ਕਿਤੇ ਸਰਕਾਰ 'ਤੇ ਵੀ ਜਿਹੜੇ ਸਵਾਲੀਏ ਨਿਸ਼ਾਨ ਨੇ ਉਹ ਚੁੱਕੇ ਜਾ ਰਹੇ ਨੇ, ਕਿਉਂਕਿ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਉਣਾ ਜ਼ਰੂਰੀ ਬਣਦਾ ਹੈਗਾ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ, ਸੰਗਰੂਰ।